ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ 채ਨਲ ਕੈਰੀਅਰ ਐਨਾਲਸਿਸ ਵਿੱਚ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਪੁਸਪਰਤੀ 2022 ਦੇ ਲਈ ਜੀਕੇ ਦੇ ਬਹੁਤ ਹੀ ਇਦਾਇਨ ਪੂਰਨ ਕੁਸ਼ਣ ਕਰਾਂਗੇ ਸੋ ਵੀਡੀਓ ਤੁਸੀਂ ਅੰਤ ਤੱਕ ਜਰੂਰ ਬਨੇ ਰਹੋ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਐਦਾਂ ਦੀ ਜਾਣਕਾਰੀ ਤੁਹਾਡੇ ਤੇ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆ ਸੋ ਚਲਦੇ ਆ ਜੀ ਆਪਾਂ ਪਹਿਲੇ ਕੁਸ਼ਣ ਦੇ ਵੱਲ ਪਹਿਲਾ ਕੁਸ਼ਣ ਹੈ ਜੀ ਪਹਿਲੀ ਮਹਿਲਾ ਭਾਰਤੀ ਪੁਲਾੜ ਯਾਤਰੀ ਦਾ ਨਾਮ ਦੋਸਤੋ ਪਾ ਜਿਹੜੀ ਆਕਾਸ਼ ਵਿੱਚ ਅੰਤਰਿਛ ਵਿੱਚ ਗਈ ਸੀ ਪਲਾੜ ਉਸ ਨੂੰ ਕਹਿੰਦੇ ਆ ਤੇ ਸਭ ਤੋਂ ਪਹਿਲੀ ਯੂ ਗਈ ਸੀ ਉਹ ਤੁਹਾਨੂੰ ਦੱਸਣਾ ਹੈ ਜਿਨ੍ਹਾਂ ਨੂੰ ਇਹਨਾਂ ਉੱਤਰ ਪਤਾ ਹੋਣਗੇ ਜਰੂਰ ਕਮੈਂਟ ਬੋ ਦੇ ਵਿੱਚ ਦੱਸਿਓ ਤੇ ਆਨਸਰ ਦੇਣ ਤੋਂ ਪਹਿਲਾਂ ਆਪਣੇ ਮਾਈਂਡ ਵਿੱਚ ਇੱਕ ਵਾਰ ਜਰੂਰ ਸੋਚੋ ਸੋ ਇਹਦਾ ਜੋ ਬਿਲਕੁਲ ரைਟ ਆਨਸਰ ਹੈ ਜੀ ਕਲਪਨਾ ਚਾਵਲਾ ਹਾਂਜੀ ਬਿਲਕੁਲ ரைਟ ਆਨਸਰ ਹੈ ਪਹਿਲੀ ਮਹਿਲਾ ਭਾਰਤੀ ਪਲਾੜ ਯਾਤਰੀ ਕੌਣ ਸੀਗੀ ਠੀਕ ਹੈ ਜੀ ਤੁਹਾਡਾ ਬਿਲਕੁਲ ਇਹ ਕਲਪਨਾ ਚਾਵਲਾ ਸੀ ਤੇ ਨਾ ਸੁਣਿਆ ਹੋਊਗਾ ਠੀਕ ਹੈ ਤੇ ਇਹ ਕਿੰਨਾ ਦੁਆਰਾ ਗਈ ਸੀ ਜਾਣ ਕੇ ਦੱਸਾਂ ਇਹ NASA ਦੇ ਵੱਲੋਂ ਗਈ ਸੀਗੀ ਠੀਕ ਹੈ NASA ਬਾਰੇ ਸਾਰਿਆਂ ਨੇ ਸੁਣਿਆ ਹੋਵੇਗਾ ਉਹਨਾਂ ਦੁਆਰਾ ਇਹ ਕਲਪਨਾ ਚਾਵਲਾ ਜੋ ਗਈ ਸੀਗੀ ਅਕਾਸ਼ ਦੇ ਵਿੱਚ ਪਰ ਆਉਣ ਵੇਲੇ ਇਹਨਾਂ ਦੀ ਕੀ ਹੋ ਗਈ ਡੈਥ ਹੋ ਗਈ ਸੀਗੀ ਕਿਉਂਕਿ ਜੋ ਪਲੇਨ ਸੀਗਾ ਉਹ ਕੀ ਹੈ ਕ੍ਰੈਸ਼ ਹੋ ਗਿਆ ਸੀ ਠੀਕ ਹੈ ਸੋ ਇਹ 2000 ਠੀਕ ਹੈ 3 ਦੇ ਵਿੱਚ ਇੱਕ ਵਾਰ 2003 ਵਿੱਚ ਵਾਪਸ ਆ ਰਹੇ ਸੀਗੀ ਠੀਕ ਹੈ 6 ਜਣੇ ਤੇ ਉਦੋਂ ਹੀ ਇਹਨਾਂ ਦੀ ਕੀ ਡੈਥ ਹੋ ਗਈ ਸੀ ਸੋ ਚਲਦੇ ਹਾਂ ਜੀ ਆਪਾਂ ਅਗਲ ਉਸ ਵੱਲ ਜ਼ਰੂਰ ਧਿਆਨ ਵਿੱਚ ਰੱਖਿਓ ਹਾਂਜੀ ਆਹ ਆਪ ਨੇ ਜੀ ਚੰਡੀਗੜ੍ਹ ਦਾ ਮਸ਼ਹੂਰ ਰੋਗ ਗਾਰਡਨ ਠੀਕ ਹੈ ਸਾਰੇ ਸੁਣਿਆ ਹੋਗਾ ਕਿਸ ਨੇ ਬਣਾਇਆ ਜਿੰਨਾਂ ਨੂੰ ਵੀ ਇਹਦਾ ਤਰ ਪਤਾ ਹੈ ਜਰੂਰ ਕਮੈਂਟ ਬੋ ਦੇ ਵਿੱਚ ਦੱਸ ਦੋ ਸੋ ਇਦਾਂ ਜੋ ਬਿਲਕੁਲ ਏਹ ਜਿਹੜਾ ਅਨਸਰ ਹੈ ਉਹ ਜੀ ਨੇਕ ਚੰਦ ਹਾਂਜੀ ਬਿਲਕੁਲ ਇਹਦਾ ਡੀਸ ਦਾ ਬਿਲਕੁਲ ਇਹਨਾਂ ਤੋਂ ਹੋरेगा ਚੰਡੀਗੜ੍ਹ ਦਾ ਜੋ ਮਸ਼ਹੂਰ ਰੋਗ ਗਾਰਡਨ ਹੈ ਠੀਕ ਹੈ ਉਹ ਕਿਸ ਨੇ ਬਣਾਇਆ ਤੁਹਾਡਾ ਬਿਲਕੁਲ ਇਹਨਾਂ ਤੋਂ ਹੋरेगा ਨੇਕ ਚੰਦ ਨੇ ਬਣਵਾਇਆ ਹੈ ਠੀਕ ਹੈ ਜੀ ਸੋ ਜਰੂਰ ਤੇ ਨਾਲ ਰੱਖਿਓ ਬਗ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਹਾਂਜੀ ਅਗਲਾ ਆਪ ਨੇ ਜੀ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਸੋ ਇਹਦਾ ਜੋ ਬਿਲਕੁਲ ਆਈਟਮਸ ਹੈ ਸਾਰਿਆਂ ਨੂੰ ਪਤਾ ਹੋਊਗਾ ਸੀਏ ਦਾ ਬਿਲਕੁਲ ਆਈਟਮਸ ਹੈ ਰੂਸ ਹਾਂਜੀ ਰੂਸ ਹੈ ਜੋ ਸਭ ਤੋਂ ਜ਼ਿਆਦਾ ਦੁਨੀਆ ਦਾ ਸਭ ਤੋਂ ਵੱਡਾ ਜੋ ਹੈ ਦੇਸ਼ ਹੈ ਠੀਕ ਹੈ ਜੀ ਚਾਹੇ ਉਹ ਸੈਨਾ ਸੈਨਾ ਦੀ ਸ਼ਕਤੀ ਹੁੰਦੀ ਹੈ ਉਸ ਬਾਰੇ ਹੋਵੇ ਤੇ ਆਵੇ ਖੇਤਰਫਲ ਬਾਰੇ ਠੀਕ ਹੈ ਸੋ ਖੇਤਰਫਲ ਤੁਹਾਨੂੰ ਦੱਸ ਰਿਹਾ ਅਲੱਗ ਤੋਂ ਤੁਸੀਂ ਜ਼ਰੂਰ ਧਿਆਨ ਦੇ ਰੱਖਿਓ ਖੇਤਰਫਲ ਇਹਦਾ ਕੀ ਹੈ ਸੋ ਇਹਦਾ ਜੋ ਖੇਤਰਫਲ ਉਹ ਹੈ ਜੀ 1 ਕਰੋੜ ਠੀਕ ਹੈ 1 ਕਰੋੜ ਠੀਕ ਹੈ ਤੇ 71 ਲੱਖ ਵਰਗ ਕਿਲੋਮੀਟਰ ਠੀਕ ਹੈ ਵਰਗ ਕਿਲੋਮੀਟਰ ਮੇਰੇ ਨਾਲ ਲੱਗੇਗਾ ਆਪਸ਼ਨਾਂ ਵਿੱਚ ਤੁਸੀਂ ਧਿਆਨ ਰੱਖਣਾ ਜਿਸ ਪਿੱਛੇ ਵਰਗ ਕਿਲੋਮੀਟਰ ਹੋਏਗਾ ਉਹਦਾ ਰਾਈਟ ਆਨਸਰ ਹੋਏਗਾ ਜੇ ਰੂਸ ਦਾ ਜੋ ਖੇਤਰਫਲ 1 ਕਰੋੜ 71 ਲੱਖ ਹੈ ਠੀਕ ਹੈ ਜੀ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ ਸੋ ਸਭ ਤੋਂ ਵੱਡਾ ਦੇਸ਼ ਰੂਸ ਹੈ ਸੋ ਚਲਦੇ ਆ ਜੇ ਕੋਈ ਉਸ ਨਾਲ ਜ਼ਰੂਰ ਧਿਆਨ ਵਿੱਚ ਰੱਖਿਓ ਹਾਂਜੀ ਆਰਫ ਨੇ ਜੀ ਸਿੱਧੂ ਨਦੀ ਇਸ ਦੇ ਵਿੱਚੋਂ ਉਤਪਨ ਹੁੰਦੀ ਹੈ ਦੱਸੋ ਜੀ ਚਾਰ ਰੁਪੇਦਾਰ ਸਾਹਮਣੇ ਕਿਸ ਵਿੱਚੋਂ ਉਤਪੰਨ ਹੁੰਦੀ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਤਿੱਬਤ ਵਿੱਚੋਂ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਸਿੱਧੂ ਨਦੀ ਹੈ ਜੀ ਠੀਕ ਹੈ ਜੋ ਠੀਕ ਹੈ ਸਰ ਸੁਣਿਆ ਹੋਊਗਾ ਸੋ ਇਹ ਤਿੱਬਤ ਵਿੱਚੋਂ ਨਿਕਲਦੀ ਹੈ ਉਤਪਨ ਹੁੰਦੀ ਹੈ ਸੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਉਸਨੇ ਵੱਲ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੈ ਸੋ ਵੀਡੀਓ ਨੂੰ ਲਾਇਕ ਕਰ ਸ਼ੇਅਰ ਵੀ ਜ਼ਰੂਰ ਕਰ ਦਿਓ ਹਾਂਜੀ ਅਗਲੋਟ ਨੇ ਜੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਹੈ ਦੱਸੋ ਜੀ ਦਿਮਾਗ ਦਾ ਜੋ ਆਪਣਾ ਦਿਮਾਗ ਹੈ ਠੀਕ ਹੈ ਮਨੁੱਖ ਦਾ ਸੋ ਉਹਦਾ ਸਭ ਤੋਂ ਵੇਸਾ ਵੱਡਾ ਕਿਹੜਾ ਹੈ ਸੋ ਜਿਨਾਂ ਨੇ ਵੀ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋਡ ਵਿੱਚ ਲਿਖ ਦਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਸਿਰੇਬਰਮ ਠੀਕ ਹੈ ਜੀ ਸਿਰੇਬਰਮ ਜੋ ਹੈ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਤੁਹਾਨੂੰ ਸਾਈਡ ਤੇ ਮੈਂ ਇਮੇਜ ਸ਼ੋ ਕਰਵਾ ਰਿਹਾ ਠੀਕ ਹੈ ਸੋ ਆਪਣਾ ਇਹ ਜੋ ਆਪਣੀ ਖੋਪੜੀ ਹੁੰਦੀ ਹੈ ਠੀਕ ਹੈ ਜੀ ਆਪਣਾ ਖੋਪੜੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਇਹ ਪੂਰਾ ਜਿਹੜੀ ਆਪਣੀ ਨਾੜੀ ਹੁੰਦੀ ਠੀਕ ਹੈ ਇਸ ਨੂੰ ਪੂਰਾ ਲਪੇਟਿਆ ਹੁੰਦਾ ਸੋ ਇਸ ਨੂੰ ਤੁਸੀਂ ਦੇਖ ਸਕਦੇ ਇਮੇਜ ਤੋਂ ਤੁਹਾਨੂੰ ਜੋ ਚੰਗੀ ਤਰ੍ਹਾਂ ਕਲੈਰਿਟੀ ਹੋ ਰਹੀ ਹੋਊਗੀ ਕਿ ਸਿਰੇ ਬਰਮਾ ਇਹ ਜੋ ਹੁੰਦਾ ਠੀਕ ਹੈ ਜੀ ਸਭ ਤੋਂ ਵੱਡਾ ਆਪਣਾ ਦਿਮਾਗ ਦਾ ਵੱਡਾ ਹਿੱਸਾ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਚ ਰੱਖਿਓ ਬਾਕੀ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਬਾਅਦ ਹਾਂ ਜੀ ਅਗਲਾ ਸਨੇ ਜੀ ਅਲਜ਼ਾਈਮਰ ਰੋਗ ਮਨੁੱਖੀ ਸਰੀਰ ਦੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਇਹਦਾ ਜੋ ਬਿਲਕੁਲ ਰਿਟਨਸਰ ਹੈ ਉਹ ਹੈ ਜੀ ਦਿਮਾਗ ਨੂੰ ਹਾਂਜੀ ਆਪਣੇ ਬ੍ਰੇਨ ਨੂੰ ਇਹ ਪ੍ਰਭਾਵਿਤ ਕਰਦਾ ਹੈ ਠੀਕ ਹੈ ਜੀ ਇਸ ਨੂੰ ਬਹੁਤਿਆ ਨੁਕਸਾਨ ਪਈਉਦਾ ਹੈ ਅਲਜ਼ਾਈਮਰ ਠੀਕ ਹੈ ਜੀ ਅਲਜ਼ਾਈਮਰ ਜੋ ਰੋਗ ਹੁੰਦਾ ਹੈ ਇਸ ਨਾਲ ਕੀ ਹੁੰਦਾ ਜਦੋਂ ਵੀ ਆਪਾਂ ਨੂੰ ਏਜ ਜੋ ਰੋਗ ਹੁੰਦਾ ਹੈ ਹੋਲ ਲਈ ਜਾਂ ਜਦੋਂ ਆਪਾਂ 50 60% ਆਪਣਾ ਜੋ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਆਪਣਾ ਸਰੀਰ ਮਨੁੱਖੀ ਸਰੀਰ ਠੀਕ ਹੈ ਸੋ ਪਹਿਲੀ ਤੋਂ ਇਸ ਦਾ ਜੋ ਹੁੰਦਾ ਹੈ ਸਿੰਪਟਮ ਉਹ ਹੰਤਾ ਜੀ ਆਪਾਂ ਭੁਲਣਾ ਭੁੱਲ ਭੁੱਲ ਜਾਂਦੇ ਆਪਾਂ ਕੋਈ ਵੀ ਚੀਜ਼ ਹੁੰਦੀ ਭੁੱਲ ਜਾਂਦੇ ਫਿਰ ਹੋਲਡ ਕਰਕੇ ਆਪਾਂ ਆਪਣੀ ਫੈਮਲੀ ਭੁਲਣਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਮੈਂਟਲੀ ਬਹੁਤ ਡਿਸਟਰਬ ਹੋ ਜਾਂਦੇ ਠੀਕ ਹੈ ਤੋਂ ਇਸ ਤਰ੍ਹਾਂ ਦਾ ਇਹ ਕੀ ਹੈ ਹੋਲਿਊਡੀ ਡੈਥ ਵਾਲਾ ਆਪਣਾ ਜੋ ਹੈ ਸਿਸਟਮ ਚੱਲਦਾ ਜਾਂਦਾ ਹੈ ਅਲਜ਼ਾਈਮਰ ਰੋਗ ਜੋ ਹੈ ਉਹ ਨੂੰ ਕਿਸੇ ਦੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਦਿਮਾਗ ਨੂੰ ਬ੍ਰੇਨ ਨੂੰ ਸੋ ਜ਼ਰੂਰ ਧਿਆਨ ਚ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਸਚਨ ਦੇ ਬਾਅਦ ਹਾਂ ਜੀ ਅਗਲੇ ਜੀ ਮਨੂ ਕਿ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿਹੜੀ ਹੈ ਬਹੁਤ ਹੀ ਜ਼ਿਆਦਾ ਇਨ ਪ੍ਰੋਫੈਸ਼ਨਲ ਇਗਜ਼ਾਮ ਵਿੱਚ ਜ਼ਰੂਰ ਪੁੱਛਿਆ ਜਾ ਸਕਦਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਜੋ ਸਟੇਪਿਜ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਮਨੂ ਕਿ ਸਰੀਰ ਵਿੱਚ ਸਭ ਤੋਂ ਛੋਟੀ ਜੋ ਹੱਡੀ ਹੈ ਉਹ ਹੈ ਜੀ ਸਟੇਪਿਜ ਦੇ ਇਹ ਕਿੱਥੇ ਹੁੰਦੀ ਹੈ ਇਹ ਤੁਸੀਂ ਧਿਆਨ ਨਾਲ ਸੁਣ ਲਓ ਸੋ ਇਹ ਹੁੰਦੀ ਜੀ ਆਪਣੇ ਕੰਨ ਦੇ ਵਿੱਚ ਹੁੰਦੀ ਹੈ ਸਟੇਪਿਜ ਹੱਡੀ ਜੋ ਸਭ ਤੋਂ ਛੋਟੀ ਹੱਡੀ ਹੈ ਠੀਕ ਹੈ ਨਾਲ ਜਿਉ ਤੁਹਾਨੂੰ ਦੱਸ ਦੇਣਾ ਕਿ ਜੇਕਰ ਤੁਹਾਨੂੰ ਵੱਡੀ ਹੱਡੀ ਪੁੱਛੀ ਜਾਂਦੀ ਹੈ ਠੀਕ ਹੈ ਜੀ ਮਨੂ ਕਿ ਸਰੀਰ ਦੀ ਸਭ ਤੋਂ ਵੱਡੀ ਹੱਡੀ ਹੈ ਫੀਮਰ ਜੋ ਆਪਣੇ ਪਾਟਾ ਦੇ ਵਿੱਚ ਹੁੰਦੀ ਹੈ ਠੀਕ ਹੈ ਤੇ ਜੇਕਰ ਤੁਹਾਨੂੰ ਪੁੱਛਿਆ ਕਿ ਸਭ ਤੋਂ ਜੋ ਕਮਜ਼ੋਰ ਹੱਡੀ ਹੁੰਦੀ ਹੈ ਆਪਣੀ ਠੀਕ ਹੈ ਉਹ ਕਿਹੜੀ ਹੁੰਦੀ ਹੈ ਹਸਲੀ ਠੀਕ ਹੈ ਜੀ ਹਸਲੀ ਇਹ ਹੁੰਦੀ ਹੈ ਆਪਣੀ ਹੱਡੀ ਸਭ ਤੋਂ ਕਮਜ਼ੋਰ ਹੱਡੀ ਬਾਕੀ ਤੁਹਾਨੂੰ ਜਬੜਾ ਤਾਂ ਪਤਾ ਹੋਊਗਾ ਇਹ ਆਪਣੇ ਜੋ ਮਸੂੜਾ ਹੁੰਦਾ ਹੈ ਠੀਕ ਹੈ ਸੋ ਇਹ ਆਪਣਾ ਜਬੜਾ ਤੁਹਾਨੂੰ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਇਹ ਜ ਮਲائم ਹੁੰਦਾ ਹੈ ਠੀਕ ਹੈ ਜੀ ਸੋ ਇਹ ਚਾਰ ਕੁਐਸਚਨ ਤੁਹਾਨੂੰ ਇੱਥੇ ਮੈਂ ਚਾਰ ਆਪਣਾ ਵਿੱਚ ਦੱਸ ਦਿਆ ਤੁਸੀਂ ਇਹ ਵੀ ਧਿਆਨ ਵਿੱਚ ਜ਼ਰੂਰ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸ਼ਨ ਦੇ ਵੱਲ ਹਾਂਜੀ ਆਪਾਂ ਨੇ ਜੀ ਕਿਹੜਾ ਅੰਗ ਸਾਡੇ ਖੂਨ ਨੂੰ ਸ਼ੁੱਧ ਕਰਦਾ ਹੈ ਸੋ ਚਾਰ ਆਪਾਂ ਤੁਹਾਡੇ ਸਾਹਮਣੇ ਦੱਸੋ ਇਹਦਾ ਰਾਈਟ ਆਨਸਰ ਕੀ ਹੋਵੇਗਾ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਗੁਰਦੇ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਠੀਕ ਹੈ ਗੁਰਦੇ ਜੋ ਹੁੰਦੇ ਹਨ ਆਪਣੇ ਸਰੀਰ ਵਿੱਚ ਜਿੰਨਾ ਵੀ ਸ਼ੁੱਧ ਲਹੂ ਹੈ ਠੀਕ ਹੈ ਉਹਨੂੰ ਸ਼ੁੱਧ ਕਰਦੇ ਆ ਆ ਸ਼ੁੱਧ ਲਹੂ ਹੁੰਦਾ ਉਸ ਨੂੰ ਕੀ ਕਰਦਾ ਸ਼ੁੱਧ ਕਰਦਾ ਹੈ ਠੀਕ ਹੈ ਜੀ ਮੁਰ ਤੋਂ ਤੇ ਬਾਕੀ ਜੋ ਹੁੰਦਾ ਆਪਣੇ ਵਾਸ਼ਰੂਮ ਰਾਈ ਬਾਹਰ ਕਰਦਾ ਰਹਿੰਦਾ ਟਾਈਮ ਟੂ ਟਾਈਮ ਠੀਕ ਹੈ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਮੈਂ ਦਿਖਾ ਰਿਹਾ ਗੁਰਦਿਆਂ ਦੀ ਇਮੇਜ ਇਹ ਹੁੰਦੀ ਹੈ ਜੀ ਗੁਰਦੇ ਬੀਜੇ ਦੀ ਤਰ੍ਹਾਂ ਹੁੰਦੇ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਬਾਕੀ ਚੱਲਦੇ ਆ ਜੀ ਆਪਾਂ ਅਗਲੋਂ ਸੰਜਵਲ ਹਾਂਜੀ ਆਲਫ ਨੇ ਜੀ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਸੀ ਦੱਸੋ ਜੀ ਕਿਹੜੀ ਸੀ ਸਭ ਤੋਂ ਪਹਿਲੀ ਭਾਰਤੀ ਔਰਤ ਜਿਸ ਨੂੰ ਕਿ ਨੋਬਲ ਪੁਰਸਕਾਰ ਮਿਲਿਆ ਸੀ ਸੋ ਇਹਦਾ ਜੋ ਬਿਲਕੁਲ ਆਈਟਮਸਰ ਹੈ ਉਹ ਹੈ ਜੀ ਮਦਰ ਟੇਰੇਸਾ ਹਾਂਜੀ ਬਿਲਕੁਲ ਆਈਟਮਸਰ ਹੈ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਸੀ ਉਹ ਸੀ ਮਦਰ ਟੇਰੇਸਾ ਠੀਕ ਹੈ ਜੀ ਸੋ ਵਾਕਿ ਤੁਹਾਨੂੰ ਮੈਂ ਇਮੇਜ ਵੀ ਸਾਈਡ ਤੇ ਦਿਖਾ ਰਿਹਾ ਠੀਕ ਹੈ ਸੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਜੀ ਮਦਰ ਟੇਰੇਸਾ ਜਿਹਨਾਂ ਨੂੰ ਸਭ ਤੋਂ ਪਹਿਲਾ ਭਾਰਤੀ ਔਰਤ ਹੈ ਜਿਹਨੂੰ ਸਭ ਤੋਂ ਪਹਿਲਾ ਨੋਬਲ ਪੁਰਸਕਾਰ ਮਿਲਿਆ ਸੀ ਜਿੱਤਿਆ ਸੀ ਠੀਕ ਹੈ ਜੀ ਸੋ ਜਰੂਰ ਧਿਆਨ ਦੇ ਰੱਖਿਓ ਤੇ ਜਿਨ੍ਹਾਂ ਨੇ ਵੀ ਹਾਲ ਤੱਕ ਵੀ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਜਰੂਰ ਲਾਈਕ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਰੱਖ ਲਿਓ ਕਿਉਂਕਿ ਐਦਾਂ ਦੀ ਜਾਣਕਾਰੀ ਹਰ ਰੋਜ਼ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਹਿਣੇ ਆ। ਠੀਕ ਹੈ ਜੀ। ਸੋ ਬਾਕੀ ਅਗਲਾ ਆਪਸ਼ਨ ਹੈ ਜੀ। ਗੋਲਡਨ ਟੈਂਪਲ ਅੰਮ੍ਰਿਤਸਰ ਭਾਰਤ ਦਾ ਹੈ। ਦੱਸੋ ਜੀ ਚਾਰ ਆਪਸ਼ਨ ਹੈ। ਚਾਰ ਆਪਸ਼ਨ ਦੇ ਆਧਾਰ ਤੇ ਤੁਸੀਂ ਦੱਸਣਾ ਹੈ ਕਿ ਇਹਦਾ ਰਾਈਟ ਆਨਸਰ ਕੀ ਹੋਵੇਗਾ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸਭ ਤੋਂ ਵੱਡਾ ਗੁਰਦੁਆਰਾ ਹੈ ਠੀਕ ਹੈ ਜੀ ਸਭ ਤੋਂ ਵੱਡਾ ਗੁਰਦੁਆਰਾ ਹੈ 골ਡਨ ਟੈਂਪਲ ਆਰ ਅੰਮ੍ਰਿਤਸਰ ਭਾਰਤ ਦਾ ਸਭ ਤੋਂ ਠੀਕ ਹੈ ਜੀ ਵੱਡਾ ਗੁਰਦੁਆਰਾ ਹੈ ਇਹ ਪੁਰਾਣਾ ਜੇਕਰ ਪੁਰਾਣਾ ਪੁੱਛ ਲਈ ਤਾਂ ਪੁਰਾਣਾ ਹੈ ਜੀ ਨਨਕ ਨਨਕਾਣਾ ਸਾਹਿਬ ਠੀਕ ਹੈ ਜੋ ਕਰੀ ਅੱਜ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੈ ਠੀਕ ਹੈ ਜੀ ਸੋ ਇਹ ਤੁਹਾਡਾ ਰਾਈਟ ਆਨਸਰ ਹੋ ਜਾਏਗਾ ਬਾਕੀ ਚੱਲਦੇ ਹਾਂ ਜੀ ਅੱਪ ਅਗਲੇ ਕੋਸ਼ਨ ਦੇ ਵੱਲ ਹਾਂਜੀ ਆਖੋਸ ਨੇ ਜੀ ਇਸ ਜਾਨਵਰ ਨੂੰ ਮਾਰੂਥਲ ਦਾ ਜਹਾਜ਼ ਵੀ ਕਿਹਾ ਜਾਂਦਾ ਹੈ ਬਹੁਤ ਹੀ ਅਦਾਇਨ ਪ੍ਰਸ਼ਨ ਹੈ ਪੇਪਰ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਊਠ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਤੁਹਾਨੂੰ ਪਤਾ ਹੈ ਮਾਰੂਥਲ ਵਿੱਚ ਤਕਰੀਬਨ ਹੀ ਊਠ ਹੀ ਤੁਹਾਨੂੰ ਜੇ ਇੱਕ ਇਹੋ ਜਿਹਾ ਜਾਨਵਰ ਹੈ ਜੋ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਸ ਦੀ ਸਕਿਨ ਇਸ ਦੇ ਫੁੱਟੇ ਐਸਾ ਦੇ ਹੁੰਦੇ ਆ ਕਿ ਇਹ ਮਾਰੂਥਲ ਵਿੱਚ ਜਿੰਦਾ ਰਹਿ ਸਕਦਾ ਹੈ ਬਿਨਾ ਪਾਣੀ ਤੋਂ ਵੀ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਮਾਰੂਥਲ ਦਾ ਠੀਕ ਹੈ ਜੀ ਜਹਾਜ ਕਿਸ ਨੂੰ ਪਾਵਰ ਰੇਗਿਸਤਾਨ ਜਿਵੇਂ ਹੁੰਦੇ ਆ ਠੀਕ ਹੈ ਜੀ ਸੋ ਉਹਦਾ ਜਹਾਜ ਕਿਸ ਨੂੰ ਕਹਿੰਦਾ ਤੁਹਾਡਾ ਬਿਲਕੁਲ ਆਨਸਰ ਹੋਏਗਾ ਊਠ ਠੀਕ ਹੈ ਜੀ ਸੋ ਜਰੂਰ ਧਿਆਨ ਦੇਖਿਓ ਬਾਕੀ ਚੱਲਦੇ ਆ ਜੀ ਅਗਲਾ ਕੁਐਸਚਨ ਦੇ ਨਾਲ ਹਾਂਜੀ ਅਗਲਾ ਕੁਐਸਚਨ ਹੈ ਜੀ ਸਾਡੇ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਅੰਗ ਕਿਹੜਾ ਹੁੰਦਾ ਹੈ ਸੋ ਦੱਸੋ ਜੀ ਕਿਹੜਾ ਹੁੰਦਾ ਹੈ ਆਪਸ਼ਨ ਚਾਰ ਸਾਹਮਣੇ ਆ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਚਮੜੀ ਹਾਂਜੀ ਬਿਲਕੁਲ ਏਦਾਂ ਜਿਹਾ ਸਾਡੇ ਸਰੀਰ ਦਾ ਜੋ ਸਭ ਤੋਂ ਜ ਸਵੇਦਨਸ਼ੀਲ ਜੋ ਅੰਗ ਹੁੰਦਾ ਹੈ ਠੀਕ ਹੈ ਜੀ ਉਹ ਹੁੰਦਾ ਜੀ ਚਮੜ ਸੋ ਜਰੂਰ ਧਿਆਨ ਰੱਖਿਓ ਬਾਕੀ ਚੱਲਦੇ ਆ ਜੀ ਅਗਲਾ ਕੁਸਚਨ ਦੇ ਬਾਅਦ ਹਾਂਜੀ ਆਪਨੇ ਜੀ ਹੇਠ ਲਿਖਿਆਂ ਵਿੱਚੋਂ ਕਿਸ ਨੇ ਸੰਸਕ੍ਰਿਤ ਵਿਆਕਰਣ ਠੀਕ ਹੈ ਜੀ ਲਿਖਿਆ ਹੈ ਦੱਸੋ ਜੀ ਕਿਸ ਨੇ ਲਿਖਿਆ ਹੈ ਆਪਸ਼ਨ ਚਾਰ ਸਾਹਮਣੇ ਆ ਜਿਨ੍ਹਾਂ ਨੂੰ ਵੀ ਇਸ ਦਾ ਜਵਾਬ ਪਤਾ ਹੈ ਜਰੂਰ ਕਮੈਂਟ ਬੋ ਦੇ ਵਿੱਚ ਇੱਕ ਵਾਰੀ ਦੱਸ ਦਿਓ ਸੋ ਇਹਦਾ ਜੇ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਭਾਈ ਨਹੀਂ ਠੀਕ ਹੈ ਜੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਇਸ ਨੇ ਸੰਸਕ੍ਰਿਤ ਵਿਆਕਰਣ ਲਿਖਿਆ ਹੈ ਠੀਕ ਹੈ ਸੋ ਜਰੂਰ ਧਿਆਨ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਸਚਨ ਦੇ ਬਾਅਦ हां जी ਅਗਲਾ ਆਪਸ਼ਨ ਹੈ ਜੀ ਹੇਠ ਲਿਖਿਆ ਬੰਦਰਗਾਹਾਂ ਵਿੱਚੋਂ ਕਿਹੜੀ ਬੰਦਰਗਾਹ ਭਾਰਤ ਦੀ ਸਭ ਤੋਂ ਪੁਰਾਣੀ ਬੰਦਰਗਾਹ ਹੈ ਠੀਕ ਹੈ ਜੀ ਸੋ ਜਿਨ੍ਹਾਂ ਨੂੰ ਵੀ ਰਾਈਟ ਅੰਦਰ ਪਤਾ ਚਾਰ ਆਪਨ ਦਾ ਸਾਹਮਣੇ ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਸੋ ਇਹ ਦੋਜ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੈਗਾ ਚਨਈ ਬੰਦਰਗਾ ਠੀਕ ਹੈ ਜੀ ਬੰਦਰਗਾ ਜਿੱਥੇ ਆਪਣਾ ਵਪਾਰ ਹੁੰਦਾ ਹੈ ਠੀਕ ਹੈ ਜੀ ਆਦਾਨ ਪ੍ਰਦਾਨ ਹੁੰਦਾ ਹੈ ਉਸ ਨੂੰ ਆਪਾਂ ਬੰਦਰਗਾ ਕਹਿ ਸਕਦੇ ਆ ਆਮ ਪੰਜਾਬੀ ਵਿੱਚ ਠੀਕ ਹੈ ਜੀ ਸੋ ਭਾਰਤ ਦੇ ਸ਼ਬਦ ਜੋ ਪੁਰਾਣੀ ਬੰਦਰਗਾ ਹੈ ਉਹ ਜੀ ਚਨਈ ਬੰਦਰਗਾ ਠੀਕ ਹੈ ਜੀ ਸੋ ਜ਼ਰੂਰ ਧਿਆਨ ਜੋ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਐਸਚਨ ਦੇ ਵੱਲ ਹਾਂਜੀ ਅਗਲਾ ਸਵਾਲ ਜੀ ਯੂ ਐਨਓ ਦਾ ਹੈੱਡ ਕੁਆਟਰ ਇੱਥੇ ਸਥਿਤ ਹੈ ਦੱਸੋ ਇਹ ਕਿੱਥੇ ਸਥਿਤ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਡੀ ਇਹ ਦਾ ਬਿਲਕੁਲ ਆਨਸਰ ਹੋਵੇਗਾ ਨਿਊ ਵਰਕ ਯੂ ਐਸ ਏ ਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਯੂ ਐਨਓ ਦੇ ਬਾਰੇ ਇਸ ਦੀ ਲੱਗਰ ਜਾਣਕਾਰੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਤੇ ਇਹ ਵੀ ਧਿਆਨ ਵਿੱਚ ਰੱਖਣੀ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਤਾਂ ਯੂ ਐਨਓ ਦੀ ਫੁੱਲ ਫਾਰਮ ਕੀ ਹੈ ਇਹ ਵੀ ਤੁਸੀਂ ਧਿਆਨ ਵਿੱਚ ਰੱਖਿਓ ਠੀਕ ਹੈ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਠੀਕ ਹੈ ਦੁਬਾਰਾ ਤੋਂ ਰਿਪੀਟ ਕਰ ਰਿਹਾ ਧਿਆਨ ਵਿੱਚ ਰੱਖਿਓ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਇਸ ਦੀ ਫੁੱਲ ਫਾਰਮ ਹੈ ਠੀਕ ਹੈ ਤੇ ਇਸ ਦੀ ਉਸਥਾਪਨਾ ਹੋਈ ਸੀ ਠੀਕ ਹੈ ਉਹ ਜੀ ਇੱਕ ਅਪਰੈਲ ਠੀਕ ਹੈ ਇੱਕ ਅਪਰੈਲ 1935 ਦੇ ਵਿੱਚ ਠੀਕ ਹੈ ਜੀ 1935 ਦੇ ਵਿੱਚ ਜੀ ਸਥਾਪਨਾ ਹੋਈ ਸੀ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਸ਼ਨ ਦੇ ਬਾਅਦ ਹਾਂਜੀ ਆਖਰ ਜੀ ਭਾਰਤੀ ਰਿਜ਼ਰਵ ਬੈਂਕ ਦਾ ਮੁੱਖ ਦਫ਼ਤਰ ਹੈ ਦੱਸੋ ਜੀ ਭਾਰਤੀ ਰਿਜ਼ਰਵ ਬੈਂਕ ਦਾ ਜੋ ਮੁੱਖ ਦਫ਼ਤਰ ਹੈ ਉਹ ਕਿੱਥੇ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਮੁੰਬਈ ਦੇ ਵਿੱਚ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਭਾਰਤੀ ਜਨ ਬੈਂਕ ਦੇ ਮੁੱਖ ਦਫਤਰ ਹੈ ਉਹ ਇਸ ਟਾਈਮ ਜੇ ਵਰਤਮਾਨ ਪੁੱਛੀ ਤਾਂ ਮੁੰਬਈ ਦੇ ਵਿੱਚ ਹੈ ਪਰ ਜੋ ਪਹਿਲਾਂ ਜਦੋਂ ਇਹ ਸਥਾਪਨਾ ਹੋਈ ਸੀ ਠੀਕ ਹੈ ਜੀ ਸੋ ਉਹ ਉਦੋਂ ਕਿਦੋਂ ਸੀਗਾ ਉੱਥੇ ਸੀ ਪੁਲਕੱਤਾ ਦੇ ਵਿੱਚ ਸਥਾਪਨਾ ਇਹਦੀ ਕੋਲਕੱਤਾ ਵਿੱਚ ਹੋਈ ਸੀ ਪਰ ਇਸ ਟਾਈਮ ਜੋ ਦਫਤਰ ਹੈ ਉਹ ਹੈ ਜੀ ਮੁੰਬਈ ਦੇ ਵਿੱਚ ਠੀਕ ਹੈ ਜੀ ਸੋ ਜ਼ਰੂਰ ਧਿਆਨ ਚ ਰੱਖਿਓ ਬਾਅਦ ਚ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਬਾਅਦ ਹਾਂਜੀ ਆਪਾਂ ਜੀ ਵਿਸ਼ਵ ਦੇ ਸਭ ਤੋਂ ਵੱਡੇ ਸਮੁੰਦਰ ਦਾ ਨਾਮ ਦੱਸੋ ਸੋ ਚਾਰ ਆਪਸ਼ਨ ਹੈ ਜਿਨ੍ਹਾਂ ਨੂੰ ਇਹਦਾ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋਟ ਦੇ ਵਿੱਚ ਛੇਤੀ ਤੋਂ ਛੇਤੀ ਲਿਖ ਦਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਪ੍ਰਸ਼ਾਂਤ ਮਹਾਸાગਰ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਵਿਸ਼ਵ ਦਾ ਸਭ ਤੋਂ ਵੱਡਾ ਸਮੁੰਦਰ ਹੈ ਠੀਕ ਹੈ ਜੀ ਇਹ ਪ੍ਰਸ਼ਾਂਤ ਮਹਾਸાગਰ ਸੋ ਜਰੂਰ ਧਿਆਨ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸਚਨ ਦੇ ਵੱਲ ਹਾਂਜੀ ਆਪਸ਼ਨ ਹੈ ਜੀ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਭਾਰ ਰੇਗਿਸਤਾਨ ਜਿਹਨਾਂ ਨੂੰ ਆਪ ਕਹਿ ਸਕਦੇ ਹਾਂ ਕਿਹੜਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸਹਾਰਾ ਮਾਰੂਥਲ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਦੁਨੀਆ ਦਾ ਸਭ ਤੋਂ ਇਹ ਵੱਡਾ ਜੇਕਰ ਮਹਾਸਾਗਰ ਪੁੱਛ ਲੇ ਠੀਕ ਹੈ ਜੀ ਫਿਰ ਹੋਏਗਾ ਆਪਣਾ ਪ੍ਰਸ਼ਾਂਤ ਤੇ ਜੇ ਤੁਹਾਨੂੰ ਮਾਉਸਲ ਪੁੱਛ ਲੇ ਤਾਂ ਸਹਾਰਾ ਮਾਰੂਥਲ ਠੀਕ ਹੈ ਜੀ ਸੋ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆਂ ਜੀ ਅਗਲੇ ਕੁਸ਼ਣ ਦੇ ਬਾਅਦ ਹਾਂਜੀ ਅਗਲਾ ਕੁਸ਼ਣ ਹੈ ਜੀ ਸਭ ਤੋਂ ਹਲਕੀ ਗੈਸ ਦਾ ਨਾਮ ਦੱਸੋ ਸੋ ਚਾਰ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਇਹਨਾਂ ਨੂੰ ਦੱਸਣਾ ਹੈ ਕਿ ਸਭ ਤੋਂ ਜੋ ਹਲਕੀ ਗੈਸ ਹੈ ਉਹ ਕਿਹੜੀ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਹਾਈਡਰੋਜਨ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਸਭ ਤੋਂ ਹਲਕੀ ਜੋ ਗੈਸ ਹੈ ਉਹ ਹੈ ਜੀ ਹਾਈਡਰੋਜਨ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਸੋ ਜਰੂਰ ਯਾਦ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ ਹਾਂਜੀ ਆਪ ਨੇ ਜੀ ਭਾਰਤ ਦਾ ਕੋਲ ਖੇਤਰਫਲ ਕਿੰਨਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਠੀਕ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ 32 ਲੱਖ ਤੇ 87 ਹਜ਼ਾਰ ਹਾਂਜੀ ਬਿਲਕੁਲ ਰਾਈਟ ਆਨਸਰ ਹੈ 32,87000 ਕੀ ਹੋਏਗਾ ਪਿੱਛੇ ਦੇ ਕਿਉਂ ਲੂਨਟ ਲੱਗਣਗੇ ਹੋ ਜੀ ਵਰਗ ਕਿਲੋਮੀਟਰ ਠੀਕ ਹੈ ਜੀ ਵਰਗ ਕਿਲੋਮੀਟਰ ਤੁਸੀਂ ਧਿਆਨ ਵਿੱਚ ਰੱਖਣਾ ਹੈ ਉਹੀ ਤੁਹਾਡਾ ਰਾਈਟ ਆਨਸਰ ਹੋਏਗਾ 32,87000 ਵਰਗ ਕਿਲੋਮੀਟਰ ਭਾਰਤ ਦਾ ਕੁੱਲ ਖੇਤਰਫਲ ਹੈ ਠੀਕ ਹੈ ਜੀ ਸੋ ਜਰੂਰ ਧਿਆਨ ਰੱਖਿਓ ਆਏ ਦਿਵਿਡ ਨੂੰ ਬਸ ਐਨ ਐਨ ਹੋਪ ਕਰਦਾ ਤੁਹਾਨੂੰ ਆਏ ਦਿਵਿਡ ਬਹੁਤ ਹੀ ਵਧੀਆ ਲੱਗੀ ਹੋਏਗੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਾਓ ਕਿਉਂਕਿ ਐਦਾਂ ਦੀ ਜਾਣਕਾਰੀ ਰੋਜ਼ ਲੈ ਕੇ ਆਉਂਦੇ ਰਹਿੰਦੇ ਆ ਸੋ ਹੋਰ ਜਾਣਕਾਰੀ ਲਈ ਸਰ ਟੈਲੀਗ੍ਰਾਮ ਗਰੁੱਪ ਨੂੰ ਜਰੂਰ ਜੁਆਇਨ ਕਰੋ ਲਿੰਕ ਡਿਸਕ੍ਰਿਪਸ਼ਨ ਚ ਹੈ ਤਾਂ ਮਿਲਦੇ ਆ ਜੀ ਐਦਾਂ ਦੀ ਕੋਹਰ ਨਵੀਆਂ ਨਾਲ ਉਹ ਤੱਕ ਲਈ ਰੱਬ ਰੱਖਾ